ਬਚਾਓ, ਉਹ ਕੀ ਆ, ਬਚਾਓ। ਮੈਂ ਹੋ ਗਿਆ, ਮੇਰਾ ਵਿਆਹ ਮੇਰੇ ਘਰਦੇ ਨੇ ਆਪਣੀ ਮਰਜ਼ੀ ਨਾਲ ਕਿਤੇ ਹੋਰ ਜਾ ਕਰਤਾ। ਉਹ ਤਾਂ ਕਹਿੰਦੀ ਸੀ ਮੈਂ ਤੇਰੇ ਬਿਨਾਂ ਰਹਿ ਨਹੀਂ ਸਕਦੀ। ਉਹ ਪਹਿਲਾਂ ਦੀਆਂ ਗੱਲਾਂ ਸੀ, ਉਹ ਗੱਲਾਂ ਹੋਰ ਸੀ, ਹੁਣ ਗੱਲਾਂ ਹੋਰ ਨੇ। ਹੁਣ ਕਿਵੇਂ ਹੋਰ ਹੋ ਗਈਆਂ? ਜੇ ਤੂੰ ਮੈਨੂੰ ਪਿਆਰ ਕਰਦੀ ਤਾਂ ਮੇਰੇ ਨਾਲ ਖੜੇਂਗੀ ਵੀ? ਕਿਵੇਂ ਖੜ ਜਾ, ਮੇਰੇ ਘਰਦਿਆਂ ਦੀ ਇੱਜ਼ਤ ਵੀ ਆ। ਉਹ ਤਾਂ ਤੂੰ ਮੈਨੂੰ ਕਹਿੰਦੀ ਤੂੰ ਨਾ ਛੱਡ ਜੀ, ਹੁਣ ਤੂੰ ਪਿੱਛੇ ਹਟ ਗਈ। ਹਟ ਗਈ, ਹਟਣਾ ਪਿਆ, ਮੇਰੀ ਮਜਬੂਰੀ ਸੀ ਉਸ ਟਾਈਮ। ਉਹ ਤਾਂ ਤੂੰ ਮੈਨੂੰ ਕਹਿੰਦੀ ਮੈਂ ਤੈਨੂੰ ਪਿਆਰ ਕਰਦੀ ਆ, ਮੈਂ ਤੇਰੇ ਨਾਲ ਸਾਰੀ ਜ਼ਿੰਦਗੀ ਸਾਥ ਦਊਂਗੀ। ਪਿਆਰ ਤਾਂ ਮੈਂ ਤੈਨੂੰ ਅੱਜ ਵੀ ਕਰਦੀ ਆ। ਉਹ ਤਾਂ ਮੇਰਾ ਦਿਲ ਵੀ ਕਹਿੰਦਾ ਵੀ ਪਿਆਰ ਤਾਂ ਤੂੰ ਅੱਜ ਵੀ ਕਰਦੀ ਆ ਮੈਨੂੰ, ਪਰ ਮੈਨੂੰ ਖੁਸ਼ ਨਹੀਂ ਲੱਗਦੀ ਸੀ ਜਦੋਂ ਮੈਂ ਤੈਨੂੰ ਦੇਖਿਆ ਨਾ। ਤੂੰ ਮੈਨੂੰ ਦੇਖ ਕੇ ਭੱਜੀ ਕਿਉਂ ਸੀ? ਤੇਰਾ ਮੂੰਹ ਬੰਨਿਆ ਹੋਇਆ ਸੀ, ਮੈਨੂੰ ਲੱਗਿਆ ਇਹ ਉਹੀ ਬੰਦੇ ਨੇ ਜਿਨ੍ਹਾਂ ਨਾਲ ਮੇਰੇ ਹਸਬੈਂਡ ਦਾ ਰੌਲਾ ਚੱਲਦਾ। ਇਹ ਜਿਹਾ ਕੀ ਰੌਲਾ ਚੱਲਦਾ ਹੈਗਾ? ਰੌਲਾ ਕੀ ਚੱਲਣਾ, ਸਰਪੰਚ ਆ, ਪਿੰਡ 'ਚ 100 ਲੱਖ ਡੱਟ ਵਾਲੇ ਹੁੰਦੇ ਆ। ਅੱਛਾ, ਪੈਸਾ ਦੇਖ ਕੇ ਡੁੱਲ ਗਈ ਵੀ ਬੰਦਾ ਸਰਪੰਚ ਆ। ਜੇ ਮੈਂ ਕੁਛ ਹੈ ਨਹੀਂ ਸੀ, ਕੋਈ ਕਾਬਲ ਨਹੀਂ ਸੀਗਾ, ਤੈਨੂੰ ਕਿਹਾ ਸੀ ਮੈਂ ਕੋਈ ਨੌਕਰੀ ਦੇਖ ਲੂੰਗਾ, ਤੇ ਬਸ ਉਧਰ ਪੈਸਾ ਦੇਖਿਆ ਤਾਂ ਤੂੰ ਉਧਰ ਡੁੱਲ ਗਈ। ਮੈਂ ਪੈਸਾ ਨਹੀਂ ਦੇਖਿਆ, ਮੈਂ ਆਪਦੇ ਘਰਦਿਆਂ ਦੀ ਖੁਸ਼ੀ ਦੇਖੀ ਆ। ਉਹ ਰਹਿਣ ਦੇ, ਹਰੇਕ ਕੁੜੀ ਬਾਅਦ ਚੋਂ ਐਂ ਕਹਿੰਦੀ ਹੁੰਦੀ ਆ ਮੈਂ ਆਪਦੇ ਘਰਦਿਆਂ ਦੀ ਖੁਸ਼ੀ ਦੇਖੀ ਹੈਗੀ, ਤੈਨੂੰ ਐਂ ਸੀ ਇਹਦਾ ਪਤਾ ਨਹੀਂ ਕੁਛ ਬਣੂ ਪਤਾ ਨਹੀਂ ਨਾ। ਹਰੇਕ ਕੁੜੀ ਕਹਿੰਦੀ ਹੁੰਦੀ ਆ ਮੈਂ ਆਪਦੇ ਘਰਦਿਆਂ ਦੀ ਖੁਸ਼ੀ ਦੇਖੀ ਆ, ਪਰ ਤੇਰੀ ਖੁਸ਼ੀ ਤਾਂ ਮੇਰੇ 'ਚ ਦੀ ਨਾ। ਤਾਂ ਮੇਰੇ ਨਾਲ ਵਿਆਹ ਕਰਾਉਣਾ ਚਾਹੁੰਦੀ ਸੀ ਨਾ? ਹਾਂ, ਕਰਾਉਣਾ ਚਾਹੁੰਦੀ ਸੀ। ਫੇਰ ਕਿਉਂ ਨਹੀਂ ਕਰਾਇਆ ਤਾ, ਕਿਉਂ ਬਦਲ ਗਈ ਤੂੰ? ਮੈਨੂੰ ਘੱਟੋ ਘੱਟ ਇੱਕ ਵਾਰ ਤੂੰ ਦੱਸ ਦਿੰਦੀ। ਹੱਥ ਛੱਡੋ ਮੇਰਾ, ਹੱਥ ਛੱਡੋ ਮੇਰਾ। ਤੂੰ ਐਂ ਕਿਉਂ ਕੀਤਾ ਮੇਰੇ ਨਾਲ? ਹੱਥ ਛੱਡ ਮੇਰਾ, ਹੁਣ ਮੈਂ ਆਪਣੀ ਲਾਈਫ 'ਚ ਖੁਸ਼ ਹਾਂ। ਤੂੰ ਤਾਂ ਖੁਸ਼ ਹੈ, ਮੈਂ ਤਾਂ ਨਹੀਂ ਖੁਸ਼ ਹੈਗਾ। ਤੂੰ ਆਪਣੀ ਖੁਸ਼ੀ ਕਿਤੇ ਹੋਰ ਲੱਭ ਹੁਣ। ਉਹ ਤਾਂ ਕਹਿੰਦੀ ਮੈਂ ਤੇਰਾ ਵਿਆਹ ਕਰਾਉਣਾ ਹੈ ਕਰਨਾ ਹੈ। ਹਾਂ, ਕਰਾਉਣਾ ਸੀ। ਜੇ ਤੂੰ ਮੇਰੀ ਨਹੀਂ ਹੋ ਸਕਦੀ, ਮੈਂ ਕੋਈ ਹੋਰ ਵੀ ਨਹੀਂ ਹੋਣ ਦਿੰਦਾ। ਛੱਡ ਦੇ, ਮੈਂ ਤੇਰੇ ਮੂਹਰੇ ਹੱਥ ਬੰਨਦੀ ਆ, ਪਲੀਜ਼ ਮੈਨੂੰ ਛੱਡ ਦੇ। ਨਹੀਂ ਨਹੀਂ, ਸ਼ੁਕਰ ਆ ਸੁਪਨਾ ਸੀ, ਨਹੀਂ ਤਾਂ ਮੈਨੂੰ ਸੱਚੀ ਓ ਮਾਰ ਦਿੰਦਾ। ਪਰ ਨਹੀਂ, ਉਹ ਮੈਨੂੰ ਮਾਰ ਨਹੀਂ ਸਕਦਾ, ਉਹ ਤਾਂ ਮੈਨੂੰ ਪਿਆਰ ਕਰਦਾ। ਅੱਜ ਵੀ ਮੇਰੀ ਜ਼ਿੰਦਗੀ ਤੋਂ ਉਹ ਚਲਾ ਗਿਆ, ਮੇਰੇ ਸੁਪਨਿਆਂ 'ਚੋਂ ਕਿਉਂ ਨਹੀਂ ਜਾਂਦਾ ਪਤਾ ਨਹੀਂ ਕਿਉਂ। ਮੈਂ ਆਪਦੀ ਲਾਈਫ 'ਚ ਚਾਹੇ ਕੁਛ ਵੀ ਪਾ ਲਿਆ, ਚਾਹੇ ਕੁਛ ਵੀ ਆ, ਚਾਹੇ ਮੈਨੂੰ ਕਿਸੇ ਚੀਜ਼ ਦੀ ਕਮੀ ਨਹੀਂ ਆ, ਪਰ ਫਿਰ ਵੀ ਪਤਾ ਨਹੀਂ ਉਹਦੀ ਕਮੀ ਇੰਨੀ ਕਿਉਂ ਰੜਕਦੀ ਹੈ। ਜਦ ਮੈਂ ਆਪਣੀ ਲਾਈਫ 'ਚ ਖੁਸ਼ ਨਹੀਂ, ਉਹ ਮੇਰੇ ਬਿਨਾਂ ਕਿੱਦਾਂ ਖੁਸ਼ ਹੋਊਗਾ? ਮੈਂ ਉਹਨਾਂ ਬਹੁਤ ਗਲਤ ਕੀਤਾ, ਮੈਂ ਸਿਰਫ ਆਪਣੇ ਘਰਦਿਆਂ ਦੀ ਖੁਸ਼ੀ ਦੇਖ ਕੇ ਉਹਦੇ ਨਾਲ ਇੱਦਾਂ ਕਿੱਦਾਂ ਕਰਤਾ? ਕਿੰਨੇ ਵਾਅਦੇ ਕੀਤੇ ਸੀ ਅਸੀਂ ਇੱਕ ਦੂਜੇ ਨਾਲ।
ਮੈਨੂੰ ਗੱਲ ਦੱਸੋ, ਹਾਂਜੀ, ਤੁਸੀਂ ਮੇਰੀ ਅੱਖਾਂ 'ਚ ਅੱਖਾਂ ਪਾ ਕੇ ਕਿਉਂ ਨਹੀਂ ਦੇਖਦੇ? ਓ ਯਾਰ, ਮੈਨੂੰ ਤਾਂ ਵੀ ਸੰਗ ਜੀ ਲੱਗਦੀ ਹੈ। ਅੱਛਾ ਜੀ, ਹਾਂ ਮੇਰੇ ਤੋਂ ਸੰਗ ਲੱਗਦੀ ਆ। ਓ ਯਾਰ, ਬਸ ਕਦੇ ਵੀ ਪਾਈਆਂ ਨਹੀਂ ਹੈਗੀਆਂ ਅੱਖਾਂ 'ਚ ਅੱਖਾਂ। ਅਸੀਂ ਕਿਹੜਾ ਕਦੇ ਆਸ਼ਕੀ ਕੀਤੀ, ਉਹ ਵੀ ਤੂੰ ਪਤਾ ਨਹੀਂ ਕਿਵੇਂ ਟੱਕਰ ਗਈ। ਅੱਛਾ ਜੀ, ਮੈਂ ਤਾਂ ਜਿਵੇਂ ਰੋਜ਼ ਮੁੰਡੇ ਛੇੜ ਕੇ ਆਉਂਦੀ ਹਾਂ। ਕੀ ਪਤਾ ਛੇੜਦੇ ਹੋਵੇ, ਪਰ ਤੈਨੂੰ ਤਾਂ ਕੀ ਲੋੜ ਆ, ਤੈਨੂੰ ਬਥੇਰੇ ਛੇੜਦੇ ਹੋਣਗੇ। ਅੱਛਾ ਜੀ, ਹੋਰ ਹੋਰ ਤੂੰ ਉਹਨੂੰ ਕਿੰਨਾ ਕੁ ਪਿਆਰ ਕਰਦੀ ਆ, ਸੱਚ ਦੱਸ। ਮੈਂ ਆਪਣੀ ਜਾਨ ਤੋਂ ਵੀ ਜ਼ਿਆਦਾ। ਅੱਛਾ, ਮੇਰੇ ਨਾਲ ਵਿਆਹ ਕਰਾਏਂਗੀ? ਮੁੱਕਰ ਨਾ ਜਾਈ। ਨਹੀਂ ਮੁੱਕਰਦੀ। ਪੱਕਾ? ਯਾਰ ਮੈਨੂੰ ਲੱਗਦਾ ਵੀ ਤੇਰੇ ਦਿਲ 'ਚ ਕੋਈ ਗੱਲ ਆ, ਤੂੰ ਖੁੱਲ੍ਹ ਕੇ ਨਹੀਂ ਬੋਲੀ ਹੈਗੀ। ਕੀ ਦੱਸਾਂ? ਕਿਉਂ, ਕੋਈ ਗੱਲ ਆ, ਦੱਸ। ਯਾਰ ਆਪਣੀ ਕਾਸਟ ਦਾ ਬਾਲਾ ਚੱਕਰ ਪੈਂਦਾ। ਯਾਰ ਕਾਸਟ ਨੂੰ ਕਿੱਡੀ ਗੱਲ ਆ ਗਈ, ਜਾਂ ਤੂੰ ਖੁਸ਼ ਆ ਮੈਂ ਖੁਸ਼ ਆਂਗਾ। ਕਰਦੇ ਨਹੀਂ ਨਾ ਮੰਨਦੀ ਇਸ ਗੱਲ ਨੂੰ। ਪਿਆਰ ਤੂੰ ਮੈਨੂੰ ਕਰਦੀ ਆ ਨਾ, ਕਰਦੇ ਨੂੰ ਤਾਂ ਨਹੀਂ? ਪਿਆਰ ਤਾਂ ਕਰਦੀ ਆ। ਉਹ ਵੀ ਕਹਿੰਦੇ ਨੇ ਨਾ ਵੀ ਇਕੱਲੇ ਪਿਆਰ ਨਾਲ ਸਾਰੀ ਜ਼ਿੰਦਗੀ ਨਹੀਂ ਲੰਘਦੀ। ਯਾਰ ਤੂੰ ਨਾ ਵਿਆਹ ਕਿਵੇਂ ਕਰਾਏਂਗੇ, ਉਹ ਝੂਟੇ ਲਾਰੇ ਲਾਏ ਨੇ ਵੀ ਹਾਂ ਤੇਰੇ ਨਾਲ ਵਿਆਹ ਕਰਾਉਂਗੀ। ਕਰੂੰਗੀ ਗੱਲ, ਬਾਕੀ ਘਰਦਿਆਂ ਤੇ ਡਿਪੈਂਡ ਹੈ। ਚਲ ਯਾਰ, ਤੂੰ ਤਾਂ ਸਾਰਾ ਮੇਰਾ ਮੂਡ ਖਰਾਬ ਕਰਤਾ ਯਾਰ। ਹੋ ਲੱਗੇ, ਚਲ ਠੀਕ ਹੈ ਯਾਰ, ਚੰਗਾ ਮੈਂ ਚੱਲਦਾ। ਸੁਣ ਤਾਂ ਲੋ ਤੁਸੀਂ ਮੈਨੂੰ ਨਾਰਾਜ਼ ਹੋ ਜਾਂਦੇ ਹੋ ਯਾਰ। ਬਸ ਯਾਰ, ਕੀ ਬਸ, ਪਲੀਜ਼ ਯਾਰ ਮੇਰੇ ਨਾਲ ਨਾ ਰੁੱਸਾ ਨਾ ਕਰੋ। ਤੇ ਯਾਰ ਸਾਰੇ ਮੂਡ ਖਰਾਬ ਕਰਤਾ ਯਾਰ। ਕੋਈ ਗੱਲ ਨਹੀਂ, ਆਓ ਚੱਲੀਏ, ਆਪਾਂ ਗੱਲ ਕਰਦੇ ਆ। ਕੀ ਪਤਾ ਮਨ ਜਾਣ ਕਰਦੇ। ਕਿੰਨੀ ਠੰਡ ਹੋ ਰਹੀ ਹੈ, ਰੋਜ਼ ਹੀ ਬੁਲਾ ਲੈਂਦਾ। ਮੈਨੂੰ ਲੱਗਦਾ ਨਾ ਇਹ ਪਾਗਲ ਹੋਊਗਾ ਮੇਰੇ ਪਿਆਰ 'ਚ, ਨਾਲੇ ਮੈਨੂੰ ਕਰੂਗਾ। ਠੰਡ ਬਹੁਤ ਹੋ ਗਿਆ, ਹੁਣ ਤਾਂ ਹੀ ਲਾਰਾ ਲਾ ਗਈ। ਪਰ ਲਾਰਾ ਲਾਉਣ ਵਾਲੀ ਤਾਂ ਹੈ ਨਹੀਂ ਗਈ। ਮੈਨੂੰ ਲੱਗਦਾ ਹਜੇ ਆਇਆ ਨਹੀਂ ਹੈਗਾ। ਉੱਥੇ ਖੜੀ ਕੀ ਕਰਦੀ ਸੀ? ਕੁਛ ਨਹੀਂ ਕਰਦੀ ਸੀ, ਮੈਂ ਤਾਂ ਤੁਹਾਨੂੰ ਦੇਖ ਰਹੀ ਸੀ। ਮੈਂ ਤਾਂ ਨਹੀਂ, ਮੈਂ ਕਦੇ ਲਾਰਾ ਲਾ ਕੇ ਆਉਂਦੀ ਨਹੀਂ ਹੈਗੀ। ਤੁਸੀਂ ਬੁਲਾਓ ਤੇ ਮੈਂ ਨਾ ਆਵਾਂ। ਠੰਡੇ ਬਹੁਤ ਹੋ ਰਹੀ ਹੈਗੀ, ਠੰਡ ਤਾਂ ਬਹੁਤ ਹੋ ਰਹੀ ਆ। ਠੰਡ ਲੱਗਦੀ ਤੈਨੂੰ ਵੀ? ਨਹੀਂ, ਮੈਂ ਤਾਂ ਲੋਹੀ ਦੀ ਬਣੀ ਹੋਈ ਆ, ਮੈਨੂੰ ਥੋੜੀ ਲੱਗਦੀ ਆ। ਅੱਛਾ, ਕਰੀ ਗੱਲ ਕੀਤੀ ਸੀ ਵਿਆਹ ਬਾਰੇ? ਨਹੀਂ। ਕਿਉਂ ਯਾਰ, ਤੂੰ ਕਰ ਲਾ ਰਹੇਗਾ, ਤੂੰ ਕਰਦੀ ਹੈ। ਯਾਰ ਡਰ ਜਾ ਲੱਗਦਾ ਹੈ। ਡਰ ਕੀ ਲੱਗਦਾਗਾ, ਕਰਦੇ ਕੀ ਕਹਿਣਗੇ? ਯਾਰ ਦੇਖੀ ਇੱਕ ਵਾਰ ਤਾਂ ਕਹਿਣਗੇ, ਤੂੰ ਤਾਂ ਯਾਰ ਐਂ ਕਰਦੀ ਹੁੰਦੀ ਹੈ। ਐਂ ਕੀ ਕਰਦੀ ਹੁੰਦੀ ਆ, ਦੋਸਤ ਮਾੜੀ ਜਿਹੀ ਗੱਲ ਤੇ ਮੂੰਹ ਬਣਾ ਕੇ ਬਹਿ ਜਾਂਦੇ ਹੋ। ਤੈਨੂੰ ਪਤਾ ਮੈਂ ਕਿੰਨਾ ਕੁ ਸੋਚਿਆ, ਮੈਂ ਤਾਂ ਜਵਾਕਾਂ ਤੱਕ ਸੋਚੀ ਬੈਠਾ ਕਮਲੀਏ, ਤੈਨੂੰ ਕੀ ਪਤਾ। ਫਿਰ ਹੁਣ ਤੁਸੀਂ ਆਪ ਸਿਆਣੇ ਹੋ, ਹੁਣ ਮੈਂ ਘਰੇ ਗੱਲ ਕਰਦੇ ਮੈਨੂੰ ਡਰ ਲੱਗਦਾ ਹੈ। ਦੇਖੀਏ ਯਾਰ, ਕੁਛ ਇੱਕ ਪਾਸਾ ਹੋ ਜੂਗਾ, ਤੂੰ ਇੱਕ ਵਾਰੀ ਗੱਲ ਤਾਂ ਕਰ, ਬਾਕੀ ਮੈਂ ਬੈਠਾ ਮੈਂ ਆਪੇ ਲੈ ਜੂੰਗਾ। ਕੋਰਟ ਮੈਰਿਜ ਕਰਾ ਲਾਂਗੇ ਆਪਾਂ। ਜੇ ਨਾ ਮੰਨੇ ਫਿਰ? ਕੋਰਟ ਮੈਰਿਜ ਕਰਾਂਗੇ, ਕਿੱਡੀ ਗੱਲ ਯਾਰ, ਕਰਦੇ ਕਿਸੇ ਦੇ ਵੀ ਨਹੀਂ ਮੰਨਦੇ ਹੁੰਦੇ। ਜੇ ਤੂੰ ਕਹੇ ਮੇਰੇ ਮੰਨ ਜਾਣਗੇ, ਮੇਰੇ ਵੀ ਨਹੀਂ ਇੰਨੇ ਸੌਖੇ ਮੰਨਣੇ, ਪਰ ਮੈਂ ਤੇਰੇ ਕਰਕੇ ਸਾਰਾ ਕੁਝ ਮਨਾਉਂਗਾ। ਚੱਲ ਮੈਂ ਦੇਖੂੰਗੀ ਘਰੇ ਗੱਲ ਕਰਕੇ, ਜੇ ਮੰਨ ਗਏ ਤਾਂ। ਯਾਰ ਕਾਹਨੂੰ ਕਰਦੇ ਆ ਘਰੇ ਗੱਲ, ਤੂੰ ਦੱਸ ਦੇਣਾ ਜੇ ਨਾ ਕੀਤੀ ਨਾ ਤਾਂ ਗੱਲ, ਮੈਂ ਕੁਛ ਖਾ ਕੇ ਮਰ ਜੂੰਗਾ। ਐਵੇਂ ਨਾ ਬੋਲਿਆ ਕਰੋ। ਬਸ ਯਾਰ ਤੂੰ ਹਰ ਵਾਰ ਦਾ ਹੀ ਹੋ ਰਿਹਾ। ਚਲੋ ਠੀਕ ਆ, ਹੁਣ ਤਾਂ ਛੱਡ ਦੋ, ਗੁੱਸਾ ਕਰ ਲਓ ਫਿਰ ਘਰੇ ਗੱਲ ਅੱਜ ਪੱਕਾ। ਚੱਲ ਆਏ 15 ਬਜੇ ਗੱਲ ਕਰਦੇ ਆ, ਠੰਡ ਬੜੀ ਹੋ ਰਹੀ ਹੈਗੀ। ਚੱਲ ਆ ਜਾ, ਮੇਰਾ ਨਾ ਰੁੱਸਿਆ ਜਿਹਾ ਨਾ ਕਰੋ। ਕਿੰਨਾ ਪਿਆਰ ਕਰਦਾ ਸੀ ਉਹ ਮੈਨੂੰ, ਚਾਹੇ ਉਹਦੇ ਕੋਲ ਕੁਛ ਵੀ ਨਹੀਂ ਸੀ, ਨੌਕਰੀ ਨਹੀਂ ਸੀ, ਚਾਹੇ ਕਾਸਟ ਵੀ ਨਹੀਂ ਸੀ ਮਿਲਦੀ, ਪਰ ਫਿਰ ਵੀ ਮੈਨੂੰ ਪਤਾ ਜਿੰਨੀ ਖੁਸ਼ ਮੈਂ ਆਪਣੀ ਲਾਈਫ 'ਚ ਹੋਣਾ, ਉਦੋਂ ਕਈ ਗੁਣਾ ਜ਼ਿਆਦਾ ਖੁਸ਼ ਰੱਖਦਾ। ਚੱਲ ਛੱਡ, ਹੁਣ ਸੋਚ ਕੇ ਕੀ ਫਾਇਦਾ, ਜਿਹੜੀਆਂ ਗੱਲਾਂ ਬੀਤ ਗਈਆਂ
ਪਤਾ ਨਹੀਂ ਕਿਵੇਂ ਰਹਿੰਦਾ ਹੋਊਗਾ। ਸਤਿ ਸ਼੍ਰੀ ਅਕਾਲ। ਇਹ ਸਰਪੰਚ ਸਾਹਿਬ ਦਾ ਘਰ ਹੈ ਜੀ? ਹਾਂ, ਮੈਂ ਹੀ ਸਰਪੰਚ ਆ, ਦੱਸੋ। ਅੱਛਾ ਅੱਛਾ, ਤੇ ਮੈਂ ਆਪਣੇ ਸਰਕਾਰੀ ਸਕੂਲ 'ਚ ਨਾ ਪੀਟੀ ਮਾਸਟਰ ਆਇਆ ਸੀਗਾ। ਅੱਛਾ ਅੱਛਾ। ਹਾਂ ਜੀ, ਮੈਨੂੰ ਕੋਈ ਫੋਨ ਵਗੈਰਾ ਤਾਂ ਕਰਿਆ ਨਹੀਂ ਗਾ ਸਕੂਲ 'ਚੋਂ? ਕੀਤਾ ਨਹੀਂ ਹੈਗਾ ਜੀ, ਪ੍ਰਿੰਸੀਪਲ ਸਾਹਿਬ ਕਹਿੰਦੇ ਮੈਂ ਫੋਨ ਕਰਤਾ ਜੀ। ਨਹੀਂ, ਕੋਈ ਆਇਆ ਨਹੀਂ ਗਾ ਫੋਨ ਤਾਂ। ਅੱਛਾ ਜੀ, ਅੱਛਾ। ਤੇ ਬਾਕੀ ਮੈਂ ਤਾਂ ਆਇਆ ਸੀ, ਮੈਨੂੰ ਕੋਈ ਪਿੰਡ 'ਚ ਕੋਈ ਮਕਾਨ ਦਵਾਉਣ ਦੀ, ਕੋਈ ਘਰ ਵਗੈਰਾ ਨਵੀਂ ਨਵੀਂ ਜਵਾਨੀ ਹੋਈ ਆ? ਨਵੀਂ ਹੋਈ ਜੀ, ਅੱਜ ਆਇਆ ਮੈਂ ਪਹਿਲੀ ਵਾਰੀ ਉਰੇ। ਕਿੱਥੋਂ ਦੇ ਰਹਿਣ ਵਾਲੇ ਤੁਸੀਂ? ਮੈਂ ਲੁਧਿਆਣਾ ਸਾਈਡ ਤੋਂ ਆਈ, ਰੋਜ਼ ਅਪ ਡਾਊਨ ਕਰਨਾ ਤੁਹਾਨੂੰ ਪਤਾ ਔਖਾ ਜੀ। ਹਾਂ, ਉਹ ਤਾਂ ਗੱਲ ਠੀਕ ਆ। ਹਾਂ ਜੀ, ਚਲੋ ਕਈ ਵਾਰ ਕੀ ਪਤਾ ਲੇਟ ਵੇਟ ਕਰਦੇ ਹੋਣ ਫੋਨ, ਭੁੱਲ ਗਏ ਹੋਣੇ। ਨਹੀਂ ਪ੍ਰਿੰਸੀਪਲ ਸਾਹਿਬ ਕਹਿੰਦੇ ਮੈਂ ਫੋਨ ਕਰਤਾ ਸੀ, ਜਾਂ ਭੁੱਲ ਨਾ ਗਏ ਹੋਣੇ ਜੀ। ਚਲੋ ਦੇਖਦੇ ਹਾਂਗੇ, ਚਲੋ ਆਪਾਂ ਅੰਦਰ ਬੈਠ ਕੇ ਗੱਲ ਕਰਦੇ ਹਾਂ, ਚਾਹ ਚੂ ਪੀ ਲਓ। ਹਾਂ ਜੀ, ਹਾਂ ਠੀਕ ਹੈ, ਕੋਈ ਨਾ। ਧਰ ਲਓ ਜੀ ਬੈਗ, ਆਰਾਮ ਨਾਲ ਬੈਠੋ। ਹਾਂ ਜੀ, ਚਾਹ ਆਉਂਦੀ ਹੋਣੀ, ਬਸ ਕਹਿਤੀ। ਅੱਛਾ, ਨਾ ਚਾਹ ਤਾਂ ਕੀ ਲੋੜ ਤੇ ਸੀ? ਅੱਛਾ, ਹਾਂ ਬਸ ਮੈਂ ਤਾਂ ਹੀ ਕਹਿ ਰਿਹਾ ਕੋਈ ਘਰ ਦਵਾਉਣ ਦੇ, ਕਿਤੇ ਕੋਈ ਅੱਧਾ ਇੱਕ ਕਮਰਾ ਵੀ ਚੱਲ ਜਾਂਦਾ ਘਰ। ਕੋਈ ਨਾ, ਦੇਖ ਲਾਂਗੇ, ਤੈਨੇ ਤੁਸੀਂ ਦੋ ਚਾਰ ਦਿਨ ਉਰੇ ਰਹਿ ਲਓ। ਅੱਛਾ ਜੀ, ਆਪਣੇ ਘਰੇ? ਹਾਂ, ਆਪਣੇ ਘਰੇ ਰਹਿ ਲਓ, ਕੋਈ ਚੱਕਰ ਨਹੀਂ ਗਿਆ। ਅੱਛਾ ਅੱਛਾ, ਠੀਕ ਹੈ ਜੀ। ਫਿਰ ਵੀ ਮਾਸਟਰ ਹੋਗੇ ਤੇ ਤੁਸੀਂ ਵਿਆਹ ਹੋ ਕਿ ਕਮਾ ਰਹੇ ਹੋ? ਮੈਂ ਜੀ ਮੈਰਿਜ ਕਰਾਈ ਹੋਈ ਜੀ। ਅੱਛਾ ਅੱਛਾ। ਹਾਂ ਜੀ, ਹਾਂ, ਉਹ ਵੀ ਟੀਚਰ ਨੇ ਗੇ। ਟੀਚਰ ਨੇ ਤਾਂ ਵਧੀਆ ਗੱਲ ਹੋਈ, ਫਿਰ ਉਹ ਵੀ ਦੇਖ ਰਹੇ ਵੀ ਦੋਨੇ ਇੱਕ ਥਾਂ ਮੈਂ ਬਦਲੀ ਕਰਵਾ ਲਈ, ਹਨਾ? ਉਹਨਾਂ ਦੀ ਬਦਲੀ ਕਰਾ ਲਓ ਫਿਰ ਤਾਂ। ਹਾਂ ਜੀ, ਕਰੇ ਹੋਇਆ, ਆਈ ਲਾਈ ਹੋਈ ਉਹਨਾਂ ਦੀ ਅਰਜੀ। ਅੱਛਾ ਅੱਛਾ, ਤੇ ਵੀ ਜੇ ਉੱਧਰ ਬਦਲ ਚਾਹ ਚੱਕ ਲੈਂਦਾ, ਚਾਹ ਦੀ ਤਾਂ ਕੀ ਲੋੜ ਤੀ ਜੀ। ਤੇ ਜੇ ਉਹਨਾਂ ਦੀ ਵੀ ਇੱਧਰ ਬਦਲੀ ਹੋਈ, ਚਲੋ ਦੋਹੇ ਇਕੱਠੇ ਰਹਿ ਲਿਆ ਕਰਾਂਗੇ। ਇਹ ਤਾਂ ਹੈਗਾ। ਹਾਂ ਜੀ, ਹੁਣ ਬਸ ਸਰਕਾਰਾਂ ਜਿੱਧਰ ਭੇਜਦੇ ਨੇ ਜਾਣਾ ਪੈਂਦਾ ਜੀ, ਹੁਣ ਡਿਊਟੀ ਆ ਕਰਨੀ ਪੈਂਦੀ, ਹਨਾ ਜੀ। ਸਕੂਲ ਬਹੁਤ ਵਧੀਆ ਬਣਾ ਰੱਖਿਆ ਸਰਪੰਚ ਸਾਹਿਬ ਜੀ, ਮੈਂ ਨਹੀਂ ਹਜੇ ਸਕੂਲ ਦੇਖਿਆ ਕਿਸੇ ਵੀ ਪਿੰਡ 'ਚ ਜੀ। ਬਸ ਉਹਨੂੰ ਪਤਾ ਆ ਪਿੰਡ ਦਾ ਪੈਸਾ ਪਿੰਡ 'ਚ ਹੀ ਲਾਉਣਾ ਹੈ। ਹਾਂ ਜੀ, ਹਾਂ, ਉਹ ਤਾਂ ਹੈ, ਗਾਹਾਂ ਵਾਰੀਆਂ ਵੋਟਾਂ ਬਾਰੇ ਸੋਚਣਾ ਫਿਰ। ਹਾਂ ਜੀ, ਹਾਂ, ਉਹ ਤਾਂ ਹੈ ਜੀ, ਨਹੀਂ ਪਿੰਡ ਵੀ ਬਾਕੀ ਬਹੁਤ ਵਧੀਆ ਕਰਕੇ ਕੰਮ ਜੀ, ਬਾਕੀ ਪਿੰਡਾਂ 'ਚ ਇੰਨਾ ਕੋਈ ਗੰਦ ਹੁੰਦਾ ਗਾ। ਚਲੋ ਚਾਹ ਪੀਓ ਤੁਸੀਂ, ਚੱਲ ਮੈਂ ਮਾੜਾ ਪਿੰਡ 'ਚ ਜਾ ਕੇ ਆਉਂਦਾ ਜੀ। ਅੱਛਾ ਜੀ, ਅੱਛਾ, ਅਤੇ ਨਾਲੇ ਮੈਨੂੰ ਮਾੜਾ ਰੂਮ ਦਿਖਾ ਦਿੰਦੇ ਜੀ। ਰੂਮ ਆਪਣਾ ਉੱਪਰਲਾ ਵਿਹਲੀ ਹੈਗਾ? ਅੱਛਾ ਅੱਛਾ, ਉੱਪਰਲਾ ਰੂਮ। ਹਾਂ ਹਾਂ, ਅਤੇ ਠੀਕ ਹੈ ਜੀ, ਚਲੋ ਕੋਈ ਨਹੀਂ, ਮੈਂ ਵੀ ਇੰਨੇ ਕੱਪੜੇ ਉੱਪਰ ਚੇਂਜ ਕਰਦਾ ਜੀ। ਅਤੇ ਕਰੋ ਕੱਪੜੇ ਚੇਂਜ, ਤੈਨੂੰ ਮੈਂ ਆ ਗਿਆ ਬਸ। ਹਾਂ ਠੀਕ ਹੈ ਸਰਪੰਚ ਸਾਹਿਬ, ਬਾਕੀ ਆਪਾਂ ਆ ਕੇ ਗੱਲਬਾਤ ਕਰ ਦਿਆਂਗੇ। ਹਾਂਜੀ, ਹਾਂ, ਠੀਕ ਹੈ ਜੀ, ਚਲੋ ਕੋਈ ਨਾ, ਵੀ ਜਾਂਦਾ ਜੀ ਉੱਪਰ। ਹਾਂਜੀ ਹਾਂਜੀ, ਨਹੀਂ ਮੈਂ ਹੁਣ ਤਾਂ ਸਰਪੰਚ ਸਾਹਿਬ ਦੇ ਘਰੇ ਰੁਕ ਰਹੇਗਾ, ਅਤੇ ਕਹਿੰਦੇ ਬਾਕੀ ਫਿਰ ਰੂਮ ਦੇਖ ਲਾਂਗੇ ਪਿੰਡ 'ਚ ਜੀ, ਕਿਤੇ ਮਿਲ ਕੇ ਘਰ ਵਿਹਲਾ। ਹੈ ਆਹ ਕੌਣ ਗੱਲਾਂ ਕਰ ਰਿਹਾ ਉੱਪਰ? ਹਾਂਜੀ ਹਾਂਜੀ, ਇਹ ਤਾਂ ਹੈ। ਠੀਕ ਹੈ, ਮੈਂ ਕੋਲ ਕਰਦਾ ਫੋਨ। ਉਹ ਗੇਟ ਤਾਂ ਖੋਲ। ਨਹੀਂ, ਗੇਟ ਤਾਂ ਖੋਲ। ਤੂੰ ਕੀ ਕਰਨਾ ਆ? ਗੇਟ ਤਾਂ ਖੋਲ ਦੇ ਯਾਰ। ਤੂੰ ਸਾਡੇ ਘਰੇ ਕੀ ਕਰਨਾ ਆ ਪਹਿਲਾਂ ਮੈਨੂੰ ਦੱਸ ਦੇ। ਉਹ ਯਾਰ, ਮੈਂ ਸਰਕਾਰੀ ਟੀਚਰ ਲੱਗ ਗਿਆ, ਮੈਂ ਇੱਥੇ ਸਰਪੰਚ ਆ ਨਾ ਤੇਰੇ ਘਰ ਵਾਲਾ, ਮੈਂ ਇੱਥੇ ਰਹਿਣਾ ਉੱਪਰ ਰੂਮ 'ਚ। ਮੈਨੂੰ ਪਤਾ ਤੂੰ ਝੂਠ ਬੋਲਦਾ, ਤੂੰ ਕੋਈ ਸਰਕਾਰੀ ਟੀਚਰ ਨਹੀਂ ਲੱਗਿਆ, ਤੂੰ ਮੈਨੂੰ ਸਿੱਧਾ ਦੱਸ ਦੇ ਵੀ ਤੂੰ ਸਾਡੇ ਘਰੇ ਕੀ ਕਰਨਾ ਆ। ਯਾਰ ਮੈਂ ਤੈਨੂੰ ਝੂਠ ਨਹੀਂ ਬੋਲਦਾ ਹੈਗਾ, ਤੂੰ ਇਹਦੇ ਯਕੀਨ ਨਹੀਂ ਕਰਦੀ ਹੈਗੀ।
ਤੂੰ ਤਾਂ ਮੇਰੇ ਕਦੇ ਅੱਖਾਂ ਸਾਹਮਣੇ ਰਹਿੰਦੀ, ਤੂੰ ਅੱਜ ਮੈਨੂੰ ਦੇਖ ਕੇ ਗੇਟ ਲਾ ਲਿਆ। ਯਾਰ ਪਲੀਜ਼ ਗੇਟ ਤਾਂ ਖੋਲ ਦੇ, 2 ਮਿੰਟ ਬਹਿ ਕੇ ਤੇਰੇ ਨਾਲ ਗੱਲ ਕਰਨੀ ਆ। ਨਹੀਂ ਤੈਨੂੰ ਮੇਰੇ ਤੇ ਯਕੀਨ ਨਹੀਂ ਹੈਗਾ, ਇੰਨਾ ਯਕੀਨ ਉੱਠ ਗਿਆ ਮੇਰੇ ਤੋਂ, ਮੇਰੇ 'ਚ ਇੰਨੀ ਹਿੰਮਤ ਆ ਮੈਂ ਤੇਰੇ ਘਰ ਤੱਕ ਵੀ ਆ ਗਿਆ, ਤੂੰ ਇੱਕ ਗੇਟ ਨਹੀਂ ਖੋਲ ਸਕਦੀ? ਤੂੰ ਇੰਨੀ ਹਿੰਮਤ ਵੀ ਨਹੀਂ ਕਿ ਤੂੰ ਮੇਰੇ ਨਾਲ ਬਹਿ ਕੇ 2 ਮਿੰਟ ਗੱਲ ਕਰ ਲੇ? ਹੈ ਪਲੀਜ਼ ਰਿਕੁਐਸਟ ਆ ਯਾਰ। ਗੇਟ ਬਲਾ ਤੂੰ ਪ੍ਰੋਮਿਸ ਕਰ ਵੀ ਤੂੰ ਮੈਨੂੰ ਮਾਰਦਾ ਤਾਂ ਨਹੀਂ। ਲੈ ਕਮਲੀ ਆ, ਤੇਰੇ ਨਾਲ ਜ਼ਿੰਦਗੀ ਲੰਘਾਉਣ ਦੀਆਂ ਗੱਲਾਂ ਕੀਤੀਆਂ, ਤੈਨੂੰ ਮੈਂ ਕਿਉਂ ਮਾਰੂੰਗਾ? ਹੈ ਮੈਂ ਐਂ ਕਰਦੇ, ਪਲੀਜ਼ ਖੋਲ ਦੇ ਯਾਰ ਗੇਟ, ਰਿਕੁਐਸਟ ਆ, 2 ਮਿੰਟ ਗੱਲ ਕਰਨੀ ਆ ਪਲੀਜ਼। ਮੈਨੂੰ ਛੱਡ ਕੇ ਵਿਆਹ ਕਰਾ ਲੈ ਕੀ ਗੱਲਾਂ ਕਰਦੀ ਤੂੰ, ਮੈਨੂੰ ਬਰਬਾਦ ਕਰਿਆ ਤਾਂ ਹੈ, ਮਾਰ ਦੂ ਤੈਨੂੰ। ਤੂੰ ਮਾਰ ਦੂੰਗਾ ਮੈਂ, ਤੂੰ ਮੈਨੂੰ ਛੱਡਿਆ ਕਿਉਂ ਸੀਗਾ? ਹੈ ਨਹੀਂ, ਮੈਂ ਤੈਨੂੰ ਇੰਨਾ ਪਿਆਰ ਕਰਦਾ ਸੀਗਾ ਯਾਰ, ਤੂੰ ਮੇਰੇ ਪਿਆਰ ਦੀ ਕਦਰ ਕਿਉਂ ਨਹੀਂ ਪਾਈ? ਮੈਂ ਤੂੰ ਨਾ ਵੀ ਕਿਤੇ ਨੂੰ ਲੈਣ ਆਇਆ ਮੈਂ। ਨਹੀਂ ਤੂੰ ਮੇਰੇ ਨਾਲ ਬਚਾ, ਆਪਾਂ ਵਿਆਹ ਕਰਾ ਲੈਣਗੇ। ਮੈਂ ਨਹੀਂ ਜਾ ਸਕਦੀ। ਕਿਉਂ ਯਾਰ ਪਲੀਜ਼ ਐਂ ਕੋ ਕਰਦੇ, ਮੇਰੀ ਜ਼ਿੰਦਗੀ ਖਰਾਬ ਹੋ ਰਹੀ ਹੈ ਤੇਰੇ ਬਿਨਾ। ਨਹੀਂ ਮੇਰੇ ਘਰਦਿਆਂ ਦੀ ਇੱਜ਼ਤ ਹੈ, ਨਾਲੇ ਮੇਰਾ ਮੇਰਾ ਹਸਬੈਂਡ ਸਰਪੰਚ ਹੈ ਪਿੰਡ ਦਾ, ਉਹਦੀ ਇਨਸਲਟ ਹੋ ਜੂਗੀ, ਉਹਦੇ ਨਾਲ ਮੇਰੇ ਘਰਦਿਆਂ ਦੀ ਵੀ। ਮੈਂ ਗਲਤੀ ਨਹੀਂ ਕਰ ਸਕਦੀ। ਜਿਲਾ ਯਾਰ ਮੈਂ ਤੇਰੇ ਪਿੱਛੇ ਪਾਗਲ ਹੋ ਰਿਹਾ, ਮੇਰੀ ਵੀ ਤਾਂ ਬੇਇੱਜ਼ਤੀ ਹੋ ਰਹੀ ਹੈ ਪਿੰਡ 'ਚ, ਮੇਰੇ ਵੀ ਯਾਰ ਦੋਸਤ ਕਹਿੰਦੇ ਵੀ ਤੈਨੂੰ ਇੰਨਾ ਪਿਆਰ ਕਰਦੀ, ਤੂੰ ਇੰਨਾ ਮਾਣ ਕਰਦਾ ਤੀ ਉਹਤੇ, ਕੁਛ ਨਹੀਂ ਹੁੰਦਾ ਤੈਨੂੰ ਛੱਡ ਕੇ ਤੈਨੂੰ। ਕੀ ਹੋ ਗਿਆ? ਤੂੰ ਜਾ, ਤੂੰ ਭਾਗ ਜਾ, ਜੇ ਕਿਸੇ ਨੇ ਦੇਖ ਲਿਆ ਨਾ ਤਾਂ ਮੇਰੀ ਲਾਈਫ ਖਰਾਬ ਹੋ ਜੂਗੀ, ਤੂੰ ਜਾ। ਦੇਖ ਲੈ ਦੇਖ ਲੈਣ ਦੇ ਯਾਰ, ਉਹ ਕਿਹੜਾ ਕਿਸੇ ਨੂੰ ਪਤਾ ਨਹੀਂ ਹੈਗਾ, ਮੈਂ ਨਹੀਂ ਜਾਣਾ, ਮੈਂ ਤਾਂ ਤੈਨੂੰ ਅੱਜ ਨਾਲ ਲੈ ਕੇ ਜਾਉਂ। ਤੂੰ ਚੱਲ ਜਾ, ਜਾ ਤੂੰ। ਐਂ ਕਿਉਂ ਕਰਦੀ ਆ? ਨਹੀਂ ਤੂੰ ਜਾ, ਕੋਈ ਆ ਜੂਗਾ, ਤੂੰ ਭਾਗ ਜਾ ਪਲੀਜ਼ ਯਾਰ, ਪਲੀਜ਼ ਇੱਕ ਵਾਰੀ ਭਾਗ ਜਾ, ਮੈਨੂੰ ਨਾ ਭਾਗ ਕਰ ਪਲੀਜ਼। ਨਹੀਂ ਤੂੰ ਜਾ, ਪਿੰਕੀ ਪਲੀਜ਼ ਦੇਖ ਲੈ, ਸੋਚ ਲਈ ਇੱਕ ਵਾਰੀ। ਇਹ ਨਹੀਂ ਹੋ ਸਕਦਾ, ਪਹਿਲਾਂ ਤਾਂ ਸੁਪਨਿਆਂ 'ਚ ਸੀ, ਖਿਆਲਾਂ 'ਚ ਸੀ, ਮੇਰੇ ਸਾਹਮਣੇ ਨਹੀਂ ਆ ਸਕਦਾ, ਇਹ ਨਹੀਂ ਹੋ ਸਕਦਾ। ਕੀ ਇਮਤਿਹਾਨ ਹੈ ਉਹ ਪਿੱਕੀ? ਹਾਂਜੀ, ਕੀ ਹੋਇਆ ਤੈਨੂੰ? ਕੁਛ ਨਹੀਂ। ਆ ਨਾਲੇ ਗੇਟ ਕਿਉਂ ਲਾ ਰੱਖਿਆ ਸੀਗਾ? ਬਸ ਵੈਸੇ ਹੀ। ਯਾਰ ਕੋਈ ਗੱਲ ਤਾਂ ਹੈਗੀ ਆ, ਦੱਸ ਯਾਰ, ਤੂੰ ਕੁਛ ਲੁਕੋ ਰਹੀ ਆ ਮੇਰੇ ਤੋਂ? ਨਹੀਂ ਕੁਛ ਨਹੀਂ, ਬਸ ਮੇਰਾ ਨਾ ਮਨ ਜਾ ਨਹੀਂ ਲੱਗ ਰਿਹਾ ਸੀ। ਕਿਉਂ ਨਹੀਂ ਲੱਗ ਰਿਹਾ ਤੇਰਾ ਮਨ? ਕੀ ਗੱਲ ਹੋ ਗਈ? ਤੂੰ ਮੈਨੂੰ ਦੱਸ ਯਾਰ। ਮੇਰੇ ਨਾ ਮੰਮੀ ਹੁਣਾਂ ਦੀ ਯਾਦ ਆ ਰਹੀ ਹੈ। ਉਹ ਲੈ ਹੈ ਕਮਲੀ, ਤੂੰ ਮੈਨੂੰ ਦੱਸਦੀ ਫਿਰ ਆਪਾਂ ਜਾ ਆਉਂਦੇ, ਇਹ 'ਚ ਕਿੱਡੀ ਗੱਲ ਆ, ਤੂੰ ਤਾਂ ਡੁੱਸਣ ਬਹਿ ਗਈ। ਬਸ ਮੈਨੂੰ ਐਵੇਂ ਸੀ ਵੀ ਤੁਸੀਂ ਕੰਮਾਂ ਕਾਰਾਂ 'ਚ ਬਿਜ਼ੀ ਹੋ। ਓਹੋ, ਕੰਮਾਂ ਕਾਰਾਂ 'ਚ ਬਿਜ਼ੀ ਹਾਂ, ਪਰ ਤੇਰੇ ਲਈ ਤਾਂ ਮੈਂ ਟਾਈਮ ਕੱਢ ਨਹੀਂ ਸਕਦਾਗਾ,
ਤੇਰੇ ਨਾਲ ਤਾਂ ਨਹੀਂ ਜ਼ਰੂਰੀ ਇਹ ਕੰਮ। ਤੈਨੂੰ ਕਿੰਨੀ ਵਾਰ ਕਿਹਾ, ਠੀਕ ਹੈ ਤੂੰ ਮੈਨੂੰ ਰੋਂਦੀ ਚੰਗੀ ਨਹੀਂ ਲੱਗਦੀ, ਤੂੰ ਖੁਸ਼ ਰਿਹਾ ਕਰ। ਹੈ ਠੀਕ ਹੈ, ਉਹ ਨਾਲੇ ਕਹਿੰਦਾ ਉੱਪਰ ਆਇਆ ਮਾਸਟਰ, ਠੀਕ ਆ, ਉਹਦੇ ਵਾਸਤੇ ਰੋਟੀ ਰੁਟੀ ਦਾ ਇੰਤਜ਼ਾਮ ਕਰਦੇ, ਠੀਕ ਆ। ਠੀਕ ਹੈ ਜੀ, ਹਾਂ ਚੱਲ ਮੈਂ ਪੁੱਛਦਾ ਉਹਨੂੰ ਜਾ ਕੇ ਨਾਲੇ। ਠੀਕ ਹੈ, ਹੋਰ ਚੱਲ ਖੜੀ ਹੋ ਕਮਲੀ, ਆ ਜਾ ਬਾਰੇ। ਆਹ ਪਿੰਕੀ ਗੱਲ ਸੁਣੀ? ਹਾਂਜੀ। ਆਹ ਪੈਸੇ ਨੇ ਥੋੜੇ ਸਾਂਭਦੇ ਸਾਂਭਦੇ ਨਹੀਂ, ਹਾਂ ਫੜ ਕੇ ਲੈ ਕੇ ਸੀ ਨਾਲੇ ਉਦੋਂ, ਤੂੰ ਕਹਿੰਦੀ ਕਹਿੰਦੀ ਸੂਟ ਨਹੀਂ ਦਵਾਉਂਦਾ ਗਿਆ, ਲਿਆ ਕੋਈ ਵਧੀਆ ਜਿਹਾ ਮਹਿੰਗਾ ਜਿਹਾ ਸੂਟ ਦੇਖ ਕੇ। ਉਹ ਵੀ ਤੁਸੀਂ ਦਵਾ ਕੇ ਲਿਆਉਂਗੇ? ਉਹ ਲਿਆ ਚੱਲ, ਤੂੰ ਮੈਨੂੰ ਥੋੜਾ ਜਿਹਾ ਕੰਮ ਆ, ਮੈਂ ਜਾ ਨਹੀਂ ਜਾਂਦਾ। ਹੁਣ ਤੁਸੀਂ ਕਿੱਥੇ ਜਾ ਰਹੇ ਹੋ? ਮੈਂ ਆ ਟੂਰਨਾਮੈਂਟ ਜਾ ਕੇ ਆਉਣਾਗਾ, ਟੂਰਨਾਮੈਂਟ ਕਰਵਾਇਆ ਆਪਾਂ ਨੇ, ਆ ਮੁੰਡੇ ਤੈਨੂੰ ਪਤਾ ਵਾਲੇ ਨਸ਼ੇ 'ਚ ਲੱਗ ਰਹੇ ਨੇ, ਮੈਂ ਚੱਲ ਖੇਡਾਂ ਕਰਵਾ ਦਈਏ। ਚਲੋ ਠੀਕ ਆ, ਆ ਤਾਂ ਤੁਹਾਡੀ ਵਾਰੀ ਵਧੀਆ ਸੋਚ ਆ, ਚਲੋ ਮੈਂ ਰੱਖ ਦਿੰਦੀ ਚੱਲ ਸ਼ਾਮ ਦੇ ਪੈਸੇ। ਹਾਂ ਠੀਕ ਆ, ਮੈਂ ਰੋਟੀ ਆ ਕੇ ਖਾਣਾ, ਠੀਕ ਆ, ਠੀਕ ਹੈ ਜੀ, ਥੋੜਾ ਮਾੜਾ ਸਲਾਹ ਜਾ ਚੀਰ ਦੀ। ਹਾਂ ਅੱਛਾ ਜੀ, ਹੋਰ ਦੇਖਦੇ ਅੱਜ ਕੱਢ ਦੇਗੇ ਫਿਰ, ਹੋਰ ਬਹੁਤ ਟਾਈਮ ਹੋ ਗਿਆ। ਉਹ ਮਾਸਟਰਾ, ਉਹ ਮਾਸਟਰਾ, ਉਹ ਆ ਗਏ ਸਾਹਿਬ। ਕੀ ਕਰੀ ਜਾਣਾ? ਉਹ ਬਸ ਕੁਝ ਨਹੀਂ, ਫੋਨ ਦੇ ਚਲਾ ਰਹੇ ਸੀਗੇ। ਅੱਛਾ, ਘਰੇ ਗੱਲ ਜੀ ਕਰਕੇ ਹਟੇ ਸੀਗੇ। ਲੱਗ ਗਿਆ ਤੇਰਾ ਜੀ ਕਿ ਨਾ? ਬਸ ਇਹੀ ਲੱਗ ਗਈ ਹੌਲੀ ਹੌਲੀ। ਲੱਗਿਆ ਨਹੀਂ ਲੱਗਦਾ, ਲਵਾਉਣਾ ਪਊਗਾ। ਨਹੀਂ ਨਹੀਂ ਹੈ, ਹੌਲੀ ਹੌਲੀ ਲੱਗ ਗਿਆ ਬਾਈ, ਕਿਤੇ ਵੀ ਜਾਂਦੇ ਆਪਾਂ। ਹੋਰ ਸਕੂਲ 'ਚ ਤਾਂ ਕਿਵੇਂ ਚੱਲੀ ਜਾਂਦਾ ਸਿਸਟਮ? ਬਸ ਸਕੂਲ ਵਧੀਆ ਹੀ, ਠੀਕ ਆ। ਕਮਰੇ ਕੁਮਰੇ ਸੈੱਟ ਨੇ ਉੱਥੇ? ਹਾਂ ਕਮਰੇ ਕੁਮਰੇ ਸੈੱਟ ਨੇਗੇ, ਇੱਕ ਦੋ ਪੱਖੇ, ਇੱਕ ਦੋ ਪੱਖੇ ਸਮਰਾਉਣ ਵਾਲੇ ਨੇ। ਹਾਂ ਅੱਛਾ ਅੱਛਾ, ਸਮਰਾ ਦਾਂਗੇ ਜੇ ਕੋਈ ਹੋਰ ਵੀ ਘੱਟ ਵੱਧ ਲੱਗਦੀ ਆ, ਠੀਕ ਆ ਦੱਸੀ ਮੈਨੂੰ। ਉਹ ਤਾਂ ਸਾਰਾ ਕੁਝ ਵਧੀਆ ਜੀ। ਅੱਛਾ, ਹਾਂ ਸਕੂਲ ਬਹੁਤ ਵਧੀਆ ਬਣਾਇਆ ਹੋਇਆ, ਮੈਂ ਹੋਰ ਸਕੂਲਾਂ 'ਚ ਵੀ ਜਾ ਕੇ ਆਇਆ ਹੈਗਾ, ਬੱਚੇ ਵੀ ਵਧੀਆ ਨੇਗੇ। ਚਲੋ ਹਾਂ ਜੀ, ਹਾਂ ਤੇ ਕਰਦੇ ਆਪਾਂ ਵੀ ਪਾਰਟੀ ਅੱਜ, ਫਿਰ ਬਹੁਤ ਟਾਈਮ ਹੋ ਗਿਆ ਪਾਰਟੀ ਕਾਹਦੀ ਅੱਜ। ਮਹਾ ਚਲ ਮਾਸਟਰ ਆਏਗਾ, ਜੀ ਲੱਗ ਜੂਦਾ ਵੀ। ਹੈ ਓ ਨਾ ਨਾ ਜੀ, ਮੈਂ ਤਾਂ ਨਹੀਂ ਪੀਂਦਾ ਹੈਗਾ ਜੀ। ਪਹਿਲਾਂ ਪਹਿਲਾਂ ਤਾਂ ਸਾਰੇ ਐਵੇਂ ਕਹਿ ਦਿੰਦੇ ਨੇ, ਫਿਰ ਪੀਂਦੇ ਨਹੀਂ ਨਹੀਂ ਉਹ ਮੈਨੂੰ ਪਤਾ ਤੂੰ ਸੰਗਦਾ। ਨਾ ਨਾ ਜੀ, ਸੰਗਣ ਵਾਲੀ ਦੇ ਵਿੱਚ ਕੀ ਗੱਲ ਹੈ ਜੀ? ਅੱਛਾ ਤੁਸੀਂ ਇੰਨਾ ਮਨ ਤਨ ਕਰ ਰਹੇ ਹੋ, ਮੈਂ ਪੀਂਦੀ ਨਹੀਂ ਹੈਗਾ ਜੀ ਆਪਾਂ ਸ਼ੁਰੂ ਤੋਂ। ਪੀਂਦਾ ਤਾਂ ਕਿਉਂ ਨਹੀਂ ਹੈਗਾ? ਨਹੀਂ ਨਹੀਂ ਸਰਪੰਚ ਸਾਹਿਬ, ਤੁਸੀਂ ਪੀਓ ਜੀ, ਮੰਨਿਆ ਕਰੋ ਪਹਿਲਾਂ। ਮੈਂ ਪੀਂਦਾ ਹੁੰਦਾ ਆਪਾਂ ਤੁਹਾਨੂੰ ਜਵਾਬ ਨਹੀਂ ਦਿੰਦੇ ਸੀ, ਤੁਸੀਂ ਇੰਨਾ ਮੇਰੇ ਖਾਤਰ ਨਾ ਸੋਚ ਕੇ ਲੈ ਕੇ ਆਏ ਹੈ ਨਾ ਜੀ, ਮੈਂ ਪੀਤੀ ਨਹੀਂ ਕਦੇ ਅੱਜ ਤੱਕ। ਉਹ 10,000 ਕਿੰਨੀ ਕੁ ਪਾਵਾਂ? ਨਾ ਨਾ ਮੈਂ ਤਾਂ ਪੀਂਦਾ ਨਹੀਂ ਹੈਗਾ ਸਰਪੰਚ ਸਾਹਿਬ, ਨਹੀਂ 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 ਮੈਂ, ਤੁਸੀਂ ਪੀਓ ਜੀ। ਉਹ ਚੱਲ ਤੇਰੀ ਮਰਜ਼ੀ ਆ ਯਾਰ, ਧੱਕਾ ਵੀ ਨਹੀਂ ਕਰ ਸਕਦੇ। ਮੈਂ ਪੀਤੀ ਨਹੀਂ, ਪੀ ਲੈਂਦੇ ਸੁਣ, ਜਵਾਬ ਨਹੀਂ ਪੀਂਦਾ ਜੀ ਕੋਈ। ਅੱਛਾ ਹਾਂ ਜੀ ਹਾਂ, ਮੈਂ ਤੁਹਾਡੇ ਪਿੰਡ 'ਚ ਚੜ੍ਹਾਈ ਬਹੁਤ ਆ ਜੀ। ਮੇਰੀ ਕਿੰਨੀ ਚੜ੍ਹਾਈ ਹੋ ਗਈ? ਤੈਨੇ ਬੜੀ ਕਿੱਥੋਂ ਕਿੱਥੋਂ ਸੁਣ ਲਈ ਤੇਰੀ ਚੜ੍ਹਾਈ ਮੇਰੀ? ਪਤਾ ਹੀ ਲੱਗ ਜਾਂਦਾ, ਪਿੰਡ ਤੋਂ ਹੀ ਪਤਾ ਲੱਗ ਜਾਂਦਾ ਜੀ, ਬਾਲਾ ਹੀ ਤਰੀਫ ਫਰਾ ਕਰਿਆ ਕਰ ਤੂੰ। ਨਹੀਂ ਨਹੀਂ ਵੈਸੇ ਹੈਗੀ ਬਹੁਤ ਚੜ੍ਹਾਈ ਆ ਜੀ, ਕਹਿੰਦੇ ਸਰਪੰਚ, ਬੱਚੇ ਵੀ ਦੱਸਦੇ, ਸਕੂਲ ਦੇ ਮਾਸਟਰ ਹੋਰ ਸਟਾਫ ਸਾਰਾ ਦੱਸਦਾ ਵੀ ਸਰਪੰਚ ਸਾਹਿਬ ਬਹੁਤ ਵਧੀਆ ਸੁਭਾਅ, ਬਹੁਤ ਵਧੀਆ। ਬਾਕੀ ਤੁਹਾਡੇ ਘਰੇ ਰਹਿ ਰਿਹਾ ਮੈਨੂੰ ਖੁਦ ਨੂੰ ਵੀ ਪਤਾ ਲੱਗ ਰਿਹਾ ਹੈ ਨਾ ਜੀ, ਵਰਤ ਕੇ ਬੰਦੇ ਨਾਲ ਪਤਾ ਲੱਗ ਜਾਂਦਾ। ਹਾਂ ਇਹ ਗੱਲ ਤਾਂ ਹੈਗੀ ਆ। ਉਸ ਵਕਤ ਤੁਸੀਂ ਤਲਾਓ ਪੈ ਗਏ, ਤੁਸੀਂ ਕੰਮ ਮੂਡ ਖਰਾਬ ਕਰੀ ਜਾਂਦੇ ਹੋ। ਉਹ ਯਾਰ ਜੇ ਤੂੰ ਨਹੀਂ ਲਾਉਂਦਾ ਹੈਗਾ, ਮੇਰਾ ਕਿਹੜਾ ਜੀ ਕਰਦਾ ਲਾਉਣ ਨੂੰ? ਨਹੀਂ ਨਹੀਂ ਮੈਂ ਪੀਂਦੀ ਨਹੀਂ ਹੈਗਾ ਜੀ, ਜੇ ਮੈਂ ਪੀਂਦਾ ਹੁੰਦਾ ਫਿਰ ਮੈਂ ਪੀ ਲੈਂਦਾ ਜੀ, ਮੈਨੂੰ ਜਵਾਬ ਨਹੀਂ ਹੈਗਾ। ਠੀਕ ਹੈ ਜੀ, ਚੱਲ ਕੋਈ ਨਾ ਫਿਰ ਮੈਂ ਤਾਂ ਲਾਉਂਗਾ। ਹਾਂ ਜੀ ਹਾਂ, ਮੈਂ ਤਾਂ 12 ਵੀ ਲਾ ਕੇ ਆਇਆ ਸੀ ਪਹਿਲਾਂ। ਅੱਛਾ ਜੀ ਅੱਛਾ, ਉਹ ਅੱਜ ਯਾਰ ਵੇਲੀ ਮਿਲ ਗਏ ਸੀਗੇ। ਅੱਛਾ ਜੀ ਅੱਛਾ, ਹਾਂ ਠੀਕ ਹੈ ਜੀ, ਠੀਕ ਹੈ। ਇੰਨੀਆਂ ਤਰੀਫਾਂ ਕਾਹਦੇ ਹੁੰਦੇ ਤੁਹਾਡੇ ਪਿੰਡ 'ਚ ਜੀ, ਬਾਹਲ ਹੀ ਜ਼ਿਆਦਾ। ਸਰਪੰਚਣੀ ਦੀਆਂ ਵੀ ਨਾਲ ਨਾਲ ਹੁੰਦੇ ਨੇ, ਇਕੱਲੀਆਂ ਸੋਡੀਆਂ ਨਹੀਂ ਹੁੰਦੀਆਂ ਜੀ। ਅੱਛਾ ਹੋਰ ਜੀ, ਤੂੰ ਸੁਣਾ ਫਿਰ ਸਕੂਲ ਦੀ ਗੱਲਬਾਤ, ਕੋਈ ਮੈਡਮ ਮੂਡਮ ਬਾਰੇ ਦੱਸ, ਕੋਈ ਮਾਸਟਰ ਬਾਰੇ ਕੋਈ ਗੱਲਬਾਤ। ਮੈਡਮ ਮੂਡਮ ਇੱਕ ਹਿੰਦੀ ਵਾਲੀ ਥੋੜ੍ਹੀ ਜਿਹੀ ਰੁੱਖੀ ਜੀ ਜੀ। ਅੱਛਾ, ਹੋਰ ਉਹ ਥੋੜ੍ਹਾ ਜਿਹਾ ਜ਼ਿਆਦਾ ਰੋਗ ਜਿਹਾ ਮਾਰਦੇ ਨੇ, ਕੁਛ ਸੀਨੀਅਰ ਹੋ ਗਏ, ਕਾਫੀ ਟਾਈਮ ਦੇ ਨੇ ਉਹ ਇਸ ਸਕੂਲ 'ਚ। ਉਹ ਚੱਲ ਫਿਰ ਰੁੱਖਾ ਹੋ ਕੇ ਚੱਲਦਾ ਕੰਮ ਕੁਛ ਤਾਂ, ਨਹੀਂ ਉਹ ਜਵਾਕ ਅੱਜ ਕੱਲ੍ਹ ਦੇ ਤੈਨੂੰ ਪਤਾ ਕਿਵੇਂ, ਨਹੀਂ ਜਵਾਕਾਂ ਨਾਲ ਵੀ ਮਾਸਟਰ ਟੀਚਰਾਂ ਨਾਲ ਵੀ ਥੋੜ੍ਹਾ ਜਿਹਾ ਸਮਝਦੇ ਨਹੀਂ ਹੈਗੇ। ਜੇ ਅੱਜ ਕੱਲ੍ਹ ਜਵਾਕ ਮਾੜਾ ਆ, ਮੈਡਮ ਮਾਸਟਰ ਘੂਰਦਾ ਨਾ ਜਵਾਕ ਨੂੰ, ਉਹਦੀ ਮਾਂ ਬਾਪ ਲੈ ਕੇ ਆ ਜਾਂਦੇ ਨੇ। ਉਹ ਤਾਂ ਹੈ, ਹਾਂ ਜਵਾਕ ਕਰਦੇ ਨਹੀਂ, ਪਹਿਲਾਂ ਤਾਂ ਅੱਗੇ ਡਰਦੇ ਸੀ ਜਵਾਕ, ਹੁਣ ਤਾਂ ਮਾਸਟਰਾਂ ਦੇ ਬਰੋਬਰ ਹੱਥ ਜਾਗਦੇ ਨੇ ਜਵਾਕ ਵੀ। ਚਲੋ ਬਾਕੀ ਸਰਕਾਰ ਨੇ ਕੁਛ ਇਹੋ ਜਿਹੀਆਂ ਸਖਤਾਈਆਂ ਕਰ ਰੱਖੀਆਂ ਨੇਗੀਆਂ।
ਤਾਂ ਉੱਪਰ ਹੀ ਸੀ। ਉਹ ਬਸ ਜਵਾਖਾਂ ਦਾ ਤੈਨੂੰ ਪਤਾ ਅੱਜ ਕੱਲ੍ਹ ਲੈ ਸਭ ਕਹਾਂਗੇ ਤੇ ਮੈਂ ਪਾ ਦਿੰਦਾ ਜੀ। ਉਹ ਨਹੀਂ ਨਹੀਂ ਕੋਈ ਨਹੀਂ ਕੋਈ ਅੰਦਰ ਵੜ ਕੇ ਬੀ ਲੈਂਦਾ ਆਪਾਂ ਕਿਉਂ ਕਿਸੇ ਨੂੰ ਪਈਏ ਪਰ ਆਪਣਾ ਦਿਲ ਖੁੱਲਾ ਯਾਰ। ਹਾਂਜੀ ਹਾਂ ਉਹ ਤਾਂ ਹੈ। ਮੈਂ ਕਹਿੰਦਾ ਇੱਕ ਹੋਰ ਲਾਓ ਜੀ ਨੂੰ ਮੈਨੂੰ ਸਾਰਾ ਕੁਛ ਛੱਡਣਾ ਪੈ ਰਿਹਾ, ਸਾਰਾ ਕੁਛ ਬਿਖਰ ਜੂਗਾ। ਕੀ ਮੰਗਦੀ ਤੂੰ ਕਰ ਕੁੱਤ ਤੋਂ, ਚੱਲ ਮੈਨੂੰ ਪਿਆਰ ਨੀ ਕਰਦੇ, ਛੱਡ ਪਰਾ ਯਾਰ। ਠੀਕ ਹੈ ਭਾਈ ਸਰਪੰਚ? ਹਾਂ ਤਾਈ ਠੀਕ ਆ, ਹੋਰ ਠੀਕ ਰਹਿਣੀ ਆ ਤੂੰ? ਠੀਕ ਰਹਿਣੀ, ਮੈਂ ਤੁਹਾਡੇ ਘਰੇ ਆਈ ਸੀ, ਸਰਪੰਚ ਨੀ ਕਿੱਥੇ? ਉਹ ਤਾਂ ਪਿੰਡ ਗਈ ਹੋਈ ਆ। ਲੱਕੇ ਮੇਰੇ ਪਰਦੇ ਪਾਉਂਦਾ ਫਿਰਦਾ, ਸਾਰੇ ਪਿੰਡ 'ਚ ਢੋਲ ਵੱਜਿਆ ਪਿਆ, ਨਿਕਲ ਜੀ ਕਹਿੰਦੇ ਤਾਂ। ਸਾਰੇ ਪਿੰਡ 'ਚ ਢੋਲ ਵੱਜ ਗਿਆ? ਮੈਂ ਦੱਸਾਂ ਕਿਵੇਂ ਪਰਦੇ ਪਾਉਂਦਾ, ਤੂੰ ਬੁੜੀਆਂ ਨੂੰ ਕਿੱਦਾਂ ਦੱਸ ਗਿਆ, ਮੈਨੂੰ ਸਿੱਧੀ ਗੱਲ ਦੱਸ ਦੇ। ਉਹ ਤਾਈ ਤੈਨੂੰ ਕੀ ਦੱਸਾਂ ਹੁਣ, ਉਹ ਤਾਂ ਕਰਾ ਗਈ ਮੇਰਾ ਮੂੰਹ ਕਾਲਾ। ਤੇਰੀ ਚਮੜਾ ਹੀ ਹੋਈ ਸੀ, ਉਹਨੂੰ ਦੇਖ ਕੇ ਕੋਈ ਹੋਰ ਵੀ ਨਿਕਲ ਹੋਣਾ। ਜਿੰਨੀ ਇੱਜ਼ਤ ਕੱਟੀ ਦੀ ਨਾ ਸਾਰੀ ਮਿੱਟੀ 'ਚ ਪਾਤੀ। ਮੈਂ ਆਦੀ ਮਿੱਟੀ 'ਚ ਪਾ, ਕਿਤੇ ਬੋਲਣ ਜੋਗਰਾ ਨਹੀਂ ਛੱਡਿਆ ਤੂੰ। ਜਮੀ ਖੇ ਕਰ ਗਈ ਮੇਰੀ ਤਾਂ, ਖੇ ਕਰ ਗਈ, ਫਿਰ ਹੁਣ ਕੱਲ ਨੂੰ ਹੋਰ ਵੀ ਉਹਨੂੰ ਦੇਖ ਕੇ ਕੰਜਰੀ ਨੂੰ ਕੋਈ ਨਿਕਲੂਗੀ। ਉਹ ਜੇ ਭੱਜਣਾ ਸੀ ਨਾ ਕੁਮਾਰੀ ਨੇ ਭੱਜ ਲਿਆ। ਕੁਮਾਰੀ ਭੱਜੇ, ਤੈਨੂੰ ਕੋਈ ਦਾਗ ਲਾ ਕੇ ਗਈ ਹੈ? ਉਹੀ ਤਾਂ ਗੱਲ ਨਹੀਂ ਸਮਝ ਆਉਂਦੀ ਹੈਗੀ, ਉਹ ਕੀ ਨਹੀਂ ਹੈਗਾ ਸੀ ਮੇਰੇ ਕੋਲ ਤਾਈ? ਸਭ ਕੁਝ ਤੇ ਚਾਂਵਲੀ ਹੋਈ ਹੈਗੀ, ਤੇਰੇ 'ਚ ਕਾਨ ਨਹੀਂ, ਲੱਤਾਂ ਅੱਡ ਕੇ ਰੱਖਣੀ ਸੀ ਘਰੇ। ਓਏ ਉਹੀ ਤਾਂ ਗੱਲ ਆ ਤਾਂ, ਉਹ ਤਾਂ ਹੋਰਾਂ ਨੂੰ ਵਿਆਹ ਕਰ ਗਈ, ਇੱਥੇ ਨਹੀਂ ਆਏ ਭੱਜਿਓ। ਸਮਝ ਨਹੀਂ ਆਉਂਦੀ ਹੁਣ ਮੈਂ ਕੀ ਕਰਾਂ ਕੀ ਨਾ ਕਰਾਂ। ਹੁਣ ਕੀ ਸਮਝ ਕੇ ਕਰਾਂਗਾ, ਉਹ ਤਾਂ ਜਿਹੜਾ ਤੇਰਾ ਮੂੰਹ ਸਿਰਕਾ ਕਰਨਾ ਦੀ ਕਰਦੀ, ਦਾਗ ਲਾ ਗਈ ਤੈਨੂੰ ਬਾਈ, ਮੈਂ ਹੋਰਾਂ ਨੂੰ ਵਿਆਹ ਦੇ ਕੇ ਭੱਜ ਲਿਆ ਕਰਵਾਏ। ਉਹ ਤਾਂ ਪਤਾ ਨਹੀਂ ਕਿੱਥੇ ਭੱਜ ਗਈ, ਹਾਲੇ ਤੱਕ ਕੋਈ ਖਬਰ ਹੀ ਨਹੀਂ ਹੋਈ ਹੈਗੀ। ਚੱਲ ਤੂੰ ਦਿਮਾਗ ਤੇ ਬੋਝ ਨਾ ਪਾ, ਜਿਹੜਾ ਕੁਛ ਕਰਗੀ ਕਰਗੀ, ਦੁੱਖ ਤਾਂ ਉਹੀ ਭਰੂਗੀ, ਜੇ ਤੈਨੂੰ ਦਾਗ ਲਾ ਗਈ ਉਹ ਸੁੱਖ ਨਹੀਂ ਸਮਝਦੀ। ਚੱਲ ਪੁੱਤ ਤੂੰ ਸਿਆਣਾ ਬਣ ਕੇ ਰਹਿ, ਜੇ ਜੀ ਕਰਤੂਤ ਦੀ ਮਾਲਕਣੀ ਦੀ ਕਰਨੀ ਕਰਗੀ, ਉਹ ਦਾਗ ਤਾਂ ਉਹ ਸਾਰੇ ਪਿੰਡ ਨੂੰ ਲੱਗ ਗਿਆ ਕਰੇਗਾ, ਸਰਪੰਚਣੀ ਭੱਜ ਗਈ, ਸਰਪੰਚਣੀ ਭੱਜ ਗਈ, ਸਿਆਣਾ ਬਣ ਕੇ ਰਹਿ, ਹੁਣ ਕੋਈ ਬਾਹਰ ਨਹੀਂ ਚੱਲਦੀ ਜੀ, ਕੰਜਰੀ ਦਾ ਕੀ ਕਰੇ। ਸਾਰੇ ਪਿੰਡ 'ਚ ਗੱਲਾਂ ਉੱਡ ਗਈਆਂ, ਜਿੰਨੀ ਸਰਪੰਚਾਂ ਤੈਨੇ ਇੱਜ਼ਤ ਕਮਾਈ ਸੀ ਨਾ, ਇੱਕ ਮਿੰਟ ਵੀ ਨਹੀਂ ਲੱਗਿਆ ਓਏ, ਉਹ ਕੁਝ ਸੋਚ ਤਾਂ ਲੈਂਦੀ ਉਹ ਮੇਰੇ ਬਾਰੇ, ਜਮੀ ਨਹੀਂ ਸੋਚਿਆ ਇੱਕ ਵਾਰੀ ਵੀ ਉਹ ਚੰਦਰੀਏ। ਦੱਸ ਕੀ ਕਮੀ ਰਹਿ ਗਈ ਸੀ, ਕੀ ਕਮੀ ਰਹਿ ਗਈ ਸੀ, ਕੀ ਸੋਚਿਆ ਫਿਰ? ਕਿਹਦੇ ਬਾਰੇ? ਆਪਣੇ ਬਾਰੇ। ਆਪਣੇ ਬਾਰੇ ਕੀ ਸੋਚਣਾ, ਦੇਖ ਲਾ ਹੁਣ ਤਾਂ ਸਰਪੰਚ ਵੀ ਟੈਟ ਹੋ ਗਏ ਪੈ ਗਿਆ। ਅੱਛਾ ਤੂੰ ਪਲਾਈਆ ਉਹਨੂੰ? ਮੈਂ ਨਹੀਂ ਪਲਾਈ, ਉਹ ਮੈਨੂੰ ਪਿਆਉਣ ਆਇਆ ਸੀਗਾ, ਮੈਂ ਉਹਨੂੰ ਕਿਹਾ ਮੈਂ ਪੀਂਦਾ ਨਹੀਂ ਹੈਗਾ, ਤੈਨੂੰ ਪਤਾ ਮੈਂ ਦਾਰੂ ਨਹੀਂ ਪੀਂਦਾ। ਫਿਰ ਉਹ ਪੈਗ ਲਾਈ ਗਿਆ ਤੇ ਇੱਕ ਅੱਧਾ ਮੈਂ ਲਵਾਈ ਗਿਆ ਉਹਨੂੰ।
ਇੰਨੇ ਚੋਂ ਟਾਈਟ ਹੋ ਗਿਆ। ਅੱਛਾ ਹੁਣ ਤੂੰ ਆ ਗੱਲਾਂ ਤੇ ਉਤਰ ਆਇਆ? ਇਹ ਗੱਲਾਂ ਤੇ ਨਾ ਉਤਰਿਆ, ਪਲੀਜ਼ ਮੈਂ ਤੈਨੂੰ ਪਿਆਰ ਬਹੁਤ ਕਰਦਾ, ਆਪਾਂ ਮੈਰਿਜ ਕਰਾ ਲੈਂਦੇ ਹਾਂ, ਮੈਂ ਕਿਉਂ ਕਰਦੀ ਹਾਂ, ਰੱਬ ਨੇ ਆਪਾਂ ਨੂੰ ਦੂਜੀ ਵਾਰੀ ਮੌਕਾ ਦਿੱਤਾ। ਨਹੀਂ ਇਹ ਨਹੀਂ ਹੋ ਸਕਦਾ। ਕਿਉਂ ਨਹੀਂ ਹੋ ਸਕਦਾ ਯਾਰ, ਮੈਂ ਉਹਨਾਂ ਨੂੰ ਧੋਖਾ ਨਹੀਂ ਦੇ ਸਕਦੀ। ਤੂੰ ਮੇਰੇ ਨਾਲ ਪਹਿਲਾਂ ਵੀ ਨਹੀਂ ਖੜੀ, ਤੂੰ ਹੁਣ ਵੀ ਨਹੀਂ ਖੜ ਰਹੀ ਯਾਰ, ਮੈਂ ਤੇਰੇ ਘਰ ਤੱਕ ਆਇਆ ਤੈਨੂੰ ਲੈਣ, ਪਲੀਜ਼ ਕੁਛ ਨਹੀਂ ਹੋਊਗਾ, ਹੁਣ ਟਾਈਮ ਹੈਗਾ ਗਾ, ਆਪਾਂ ਬਗ ਚੱਲਦੇ ਹਾਂ। ਚੱਲ ਬਗ ਜਾਂਦੇ ਹਾਂ। ਰੱਖੀਗਾ ਕਿੱਥੇ? ਰੱਖਣਾ ਕਿੱਥੇ ਆ, ਪਟਿਆਲੇ ਜਾਂ ਚੰਡੀਗੜ੍ਹ ਬਗ ਚੱਲਾਂਗੇ, ਕਿਹੜਾ ਕਿਸੇ ਨੂੰ ਪਤਾ ਲੱਗੂਗਾ। ਅੱਛਾ ਚੰਡੀਗੜ੍ਹ, ਕਿਉਂ ਤੂੰ ਮੈਨੂੰ ਪਿੰਡ ਆਪਦੇ ਘਰੇ ਨਹੀਂ ਲੈ ਕੇ ਜਾਂਦਾ? ਯਾਰ ਘਰੇ ਤੈਨੂੰ ਪਤਾ ਔਖਾ ਹੈਗਾ, ਫਿਰ ਹੌਲੀ ਆ ਜਾਵਾਂਗੇ। ਕਿਉਂ ਇਹ ਵੀ ਤਾਂ ਮੈਨੂੰ ਆਪਦੇ ਘਰੇ ਲੈ ਕੇ ਆਇਆ। ਯਾਰ ਇਹ ਤੈਨੂੰ ਵਿਆਹ ਕੇ ਲੈ ਕੇ ਆਇਆ ਹੈਗਾ, ਆਪਾਂ ਕੋਰਟ ਮੈਰਿਜ ਕਰਾਉਣੀ ਹੈਗੀ। ਕਿਉਂ ਘਰੇ ਤਾਂ ਤੂੰ ਮੈਨੂੰ ਲਿਜਾ ਹੀ ਸਕਦਾ। ਹਾਂ ਤੈਨੂੰ ਕਿਹਾ ਘਰੇ ਲੈ ਜੂੰਗਾ, ਪਹਿਲਾਂ ਆਪਾਂ ਇੰਨੇ ਬਾਹਰੇ ਲੈ ਲਾਂਗੇ। ਨਹੀਂ ਮੈਂ ਇਹ ਗਲਤੀ ਨਹੀਂ ਕਰ ਸਕਦੀ। ਕਿਉਂ ਨਹੀਂ ਕਰ ਸਕਦੀ ਯਾਰ, ਮੇਰੇ ਖਾਤਰ ਇੰਨਾ ਕੁ ਵੀ ਨਹੀਂ ਕਰ ਸਕਦੀ, ਪਲੀਜ਼ ਯਾਰ। ਨਹੀਂ ਇਹ ਨਹੀਂ ਹੋ ਸਕਦਾ, ਹੁਣ ਉਹ ਮੈਨੂੰ ਉਹਦੇ ਘਰ ਦੀ ਨਾ ਸ਼ਾਨ ਬਣਾ ਕੇ ਲੈ ਕੇ ਆਇਆ ਤੇ ਮੈਨੂੰ ਰਾਣੀ ਬਣਾ ਕੇ ਰੱਖਦਾ। ਮੈਨੂੰ ਉਹਨੇ ਕਦੇ ਲੁੱਕ ਚੋਰ ਵਾਲੀਆਂ ਗੱਲਾਂ ਨਹੀਂ ਰੱਖੀਆਂ ਹੈਗੀਆਂ ਜਿਹੜੀਆਂ ਤੂੰ ਕਰਦਾ। ਮੈਂ ਵੀ ਤੈਨੂੰ ਰਾਣੀ ਬਣਾ ਕੇ ਰੱਖੂੰਗਾ, ਇੱਕ ਵਾਰੀ ਮੇਰੀ ਜ਼ਿੰਦਗੀ 'ਚ ਆ ਜਾ। ਨਹੀਂ ਇਹ ਨਹੀਂ ਹੋ ਸਕਦਾ, ਪਲੀਜ਼ ਯਾਰ। ਤੂੰ ਇਹ ਸੋਚ ਵੀ ਜੇ ਉਹਦੀ ਜਗ੍ਹਾ ਤੇ ਤੇਰੀ ਘਰ ਵਾਲੀ ਹੁੰਦੀ। ਤੂੰ ਮੇਰੀ ਗੱਲ ਮੰਨ, ਮੈਂ ਤੈਨੂੰ ਰਾਣੀ ਬਣਾ ਕੇ ਰੱਖੂੰਗਾ, ਕੁਛ ਨਹੀਂ ਹੁੰਦਾ, ਚੱਲ ਆਪਾਂ ਕੋਰਟ ਮੈਰਿਜ ਕਰਾਉਣਾ, ਤੂੰ ਮੇਰੇ ਨਾਲ ਚੱਲ। ਨਹੀਂ ਕਿਉਂ ਨਹੀਂ, ਛੱਡ ਮੈਨੂੰ। ਹਾਏਗਾ ਤੂੰ ਕਰਦੀ, ਤੂੰ ਤੂੰ ਮੈਨੂੰ ਐਂ ਦੱਸ, ਜੇ ਸਰਪੰਚ ਦੀ ਜਗ੍ਹਾ ਤੇ ਤੇਰੀ ਘਰ ਵਾਲੀ ਹੁੰਦੀ, ਸਰਪੰਚ ਦੀ ਜਗ੍ਹਾ ਤੇ ਤੂੰ ਹੁੰਦਾ, ਫਿਰ ਤੂੰ ਇਹ ਗੱਲ ਬਰਦਾਸ਼ਤ ਕਰ ਲੈਂਦਾ? ਯਾਰ ਮੈਂ ਤੈਨੂੰ ਪਿਆਰ ਕਰਦਾ, ਤੂੰ ਆ ਸਰਪੰਚ ਕੀ ਗੱਲਾਂ ਕਰੀ, ਤੂੰ ਮੈਨੂੰ ਪਿਆਰ ਨਹੀਂ ਕਰਦੀ। ਕਰਦੀ ਸੀ ਠੀਕ ਆ, ਹੁਣ ਨਹੀਂ, ਹੁਣ ਮੇਰੇ ਲਈ ਜੋ ਨੇ ਉਹੀ ਨੇ, ਮੈਂ ਉਹਨਾਂ ਦੀ ਪੱਗ ਨੂੰ ਲਾਜ ਨਹੀਂ ਲਾ ਸਕਦੀ। ਪਰ ਯਾਰ ਤੈਨੇ ਮੈਨੂੰ ਤਾਂ ਰੋਲਤਾ। ਕੀ ਰੋਲਤਾ ਤੈਨੂੰ? ਮੇਰੀ ਤਾਂ ਜ਼ਿੰਦਗੀ ਖਰਾਬ ਹੋ ਗਈ ਨਾ। ਨਹੀਂ ਤੂੰ ਐ ਸੋਚ ਵੀ ਜੇ ਸਰਪੰਚ ਦੀ ਜਗ੍ਹਾ ਤੇ ਤੂੰ ਹੁੰਦਾ, ਜੇ ਤੇਰੀ ਘਰ ਵਾਲੀ ਕਿਸੇ ਨਾਲ ਭਜਦੀ, ਤੇਰੀ ਪਿੰਡ ਚ ਬੇਇੱਜ਼ਤੀ ਹੁੰਦੀ, ਤੂੰ ਇਹ ਗੱਲ ਬਰਦਾਸ਼ਤ ਕਰ ਲੈਂਦਾ? ਯਾਰ ਕੀ ਗੱਲਾਂ ਕਰੀਆਂ ਨੇ ਯਾਰ, ਮੈਂ ਤਾਂ ਤੇਰੇ ਟੁੱਟੇ ਹੋਏ ਚੂੜੀਆਂ ਵੀ ਸਾਂਭ ਕੇ ਰੱਖੀਆਂ ਹੋਈਆਂ ਨੇ, ਪਲੀਜ਼ ਉਹ ਦੇਖ ਲੈ ਤੈਨੂੰ ਦਵਾਈਆਂ ਦੀਆਂ, ਤੇ ਕਲਾਸ ਚੋਂ ਟੁੱਟ ਗਈ ਸੀਗੀ, ਮੈਂ ਅੱਜ ਤੱਕ ਸੁਚੱਕੀ ਫਿਰਦਾ, ਮੈਂ ਤੈਨੂੰ ਇੰਨਾ ਪਿਆਰ ਕਰਦਾ। ਕਿਹੋ ਜਿਹੀਆਂ ਗੱਲਾਂ ਲੈ ਕੇ ਬੈਠਾ ਤੂੰ, ਮੈਂ ਨਹੀਂ ਕਰ ਸਕਦੀ ਇਹ। ਤੂੰ ਯਾਰ ਮੇਰੀ ਕਦਰ ਨਹੀਂ ਪਾਈ, ਮੈਂ ਸਰਪੰਚ ਦੀ ਇੱਜ਼ਤ ਨਹੀਂ ਰੋਲ ਸਕਦੀ। ਤੈਨੂੰ ਸਰਪੰਚ ਵਧੀਆ ਹੋ ਗਿਆ ਮੇਰੇ ਨਾਲ, ਹੈ ਮੈਨੂੰ ਉਹਦੇ ਘਰ ਦੀ ਇੱਜ਼ਤ ਬਣਾ ਕੇ ਲੈ ਕੇ ਆਇਆ ਉਹ, ਮੈਂ ਕਿਵੇਂ ਰੋਲਦਾ ਉਹਦੀ ਇੱਜ਼ਤ? ਚੱਲ ਠੀਕ ਹੈ ਯਾਰ, ਅੱਜ ਤੋਂ ਬਾਅਦ ਮੈਂ ਤੇਰੀ ਜ਼ਿੰਦਗੀ 'ਚ ਨਹੀਂ ਆਉਂਦਾ ਹੈਗਾ, ਪਰ ਜੋ ਆਪਾਂ ਜਵਾਕਾਂ ਦੇ ਨਾਂ ਸੋਚੇ ਸੀ ਨਾ, ਪਰ ਤੂੰ ਮੇਰੇ ਨਾਲ ਇੱਕ ਵਾਅਦਾ ਕਰ, ਜੋ ਆਪਾਂ ਜਵਾਕਾਂ ਦੇ ਨਾਂ ਸੋਚੇ ਸੀ ਨਾ ਵੀ ਤੂੰ ਉਹੀ ਨਾਮ ਰੱਖੇਂਗੀ, ਪਲੀਜ਼ ਇੰਨਾ ਤਾਂ ਕਰਦੀ ਯਾਰ, ਜੇ ਤੂੰ ਮੇਰੇ ਨਾਲ ਖੜ ਨਹੀਂ ਸਕੀ ਨਾ ਤਾਂ ਇੰਨਾ ਤਾਂ ਕਰਦੀ। ਕਮਲਿਆ ਤੂੰ ਆਵੇ ਗੱਲਾਂ ਯਾਦ ਰੱਖੀਆਂ ਹੋਈਆਂ ਨੇ, ਤੈਨੂੰ ਹਜੇ ਤੱਕ ਕੋਈ ਯਾਦ ਨੇ? ਚਾਹੁੰਦੇ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤਾਂ ਜੋ ਅਗਲੀ ਵੀਡੀਓ ਛੇਤੀ ਤੁਹਾਡੇ ਤੱਕ ਪਹੁੰਚ ਸਕੇ।